ਭਗਵਾਨ ਦਾ ਭਜਨ ਕਰਨਾ ਹੀ ਅੱਛੀ ਬਾਤ ਹੈ, ਕਿਉਂਕਿ ਭਗਵਾਨ ਕਾ ਧਾਮ ਜੋ ਹੈ ਉਸਮੇਂ ਗਿਆ ਹੁਆ ਪ੍ਰਾਣੀ ਫਿਰ ਦੁੱਖ ਨਹੀਂ ਪਾਉਂਦਾ, ਲਖਤਰਾਸੀ ਜੂਨ 'ਚ ਨਹੀਂ ਆਉਂਦਾ। ਆ ਬ੍ਰਹਮ ਬਹੁ ਲੋਕਾ ਪੁਨਰਾਵਰਤਨ ਅਰਜਨ ਮਾਮ ਪੇਤੇ ਤੂੰ ਕੌਣ ਤਿਆ ਪੁਨਰ ਜਨਮ ਨਾ ਵਿਦਿਅਤੇ। ਇਸ ਵਾਸਤੇ ਨਾਮ ਪ੍ਰਭੂ ਦਾ ਜਪਣੇ ਕਾ ਹੀ ਕਲਿਆਣ ਹੋਗਾ, ਨਹੀਂ ਤੇ ਹੋ ਸਕਦਾ ਨਹੀਂ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨਾਂ ਹਰੀ ਭਜਨ ਨਹੀਂ ਛੁਟਕਾਰਾ। ਬਿਨਾਂ ਭਗਵਾਨ ਦੇ ਨਾਮ ਤੇ ਬਗੈਰ ਛੁਟਕਾਰਾ ਹੋਣੇ ਵਾਲਾ ਨਹੀਂ। ਤੇ ਸਭ ਤੇ ਸ੍ਰੇਸ਼ਟ, ਸਭ ਤੇ ਉੱਚਾ ਉਹ ਪਰਮਾਤਮਾ ਹੈ, ਉਹਦੇ ਥੱਲੇ ਹੀ ਹੈ ਸਾਰੇ, ਜਿੰਨੇ ਵੀ ਹੈ ਜੋ ਕੁਛ ਵੀ ਹੈ ਉਹਦੇ ਹੁਕਮ ਦੇ ਅਨੁਸਾਰ ਹੈ। ਹੁਕਮੀ ਹੋਵਨ ਆਕਾਰ, ਹੁਕਮ ਕਿਹਾ ਜਾਈ, ਹੁਕਮੇ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੇ ਉੱਤਮ ਨੀਚ, ਹੁਕਮੇ ਲਿਖ ਦੁੱਖ ਸੁੱਖ ਪਾਈਏ, ਕਨੌਖੇ ਬਖਸ਼ੀਸ਼, ਇੱਕ ਹੁਕਮੇ ਸਦਾ ਬਵਾਈ ਹੈ। ਹੁਕਮੇ ਅੰਦਰ ਸਭ ਕੋਈ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹੁਮੇ ਕਹਿ ਨਾ ਕੋਈ। ਜੋ ਵੀ ਹੈ ਉਹਦੇ ਹੁਕਮ ਅਨੁਸਾਰ, ਹਵਾ ਉਹਦੇ ਹੁਕਮ ਨਾਲ ਚੱਲਦੀ, ਸੂਰਜ ਉਹਦੇ ਹੁਕਮ ਨਾਲ ਚੱਲਦਾ, ਚੰਦਰਮਾ ਉਹਦੇ ਹੁਕਮ ਨਾਲ ਚੜ੍ਹਦਾ ਹੈ, ਔਰ ਇਹ ਧਰਤੀ ਵੀ ਉਹਦੇ ਹੁਕਮ ਦੇ ਅੰਦਰ ਹੀ ਹੈ। ਇਹ ਸਾਰੇ ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਸਾਰੇ ਬੋਲੋ ਹਰੇ ਕ੍ਰਿਸ਼ਨਾ। ਤੋ ਸਾਨੂੰ ਸਭਨਾਂ ਨੂੰ ਹੀ ਭਗਵਾਨ ਦਾ ਹੀ ਭਜਨ ਕਰਨਾ ਚਾਹੀਦਾ। ਕ੍ਰਿਸ਼ਨ ਦੇਵ ਜੀ ਇੱਥੇ ਨੂੰ ਆ ਜਾਓ, ਇੱਥੇ ਬੈਠੇ ਹੋਏ, ਬੋਲੋ ਹਰੇ ਕ੍ਰਿਸ਼ਨਾ। ਫਿਰ ਬੋਲੋ, ਮਾੜਾ ਮੋਟਾ ਬੋਲ ਲਓ, ਔਖੇ ਸੌਖੇ ਹੈ ਤਾਂ ਕੰਮ ਬੜਾ ਖਰਾਬ ਹੈ। ਹੋਰ ਅਸੀਂ ਬਥੇਰਾ ਗੱਲਾਂ ਮੱਤਾਂ ਕਰ ਲੈਂਦੇ, ਰੱਬ ਦੇ ਨਾਮ ਨੂੰ ਪੈਂਦਾ ਨਹੀਂ, ਕਿਆ ਹੋ ਜਾਂਦਾ ਸਾਨੂੰ। ਬੋਲੋ ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਇੱਕ ਸੰਤ ਥੇ, ਹਰੇ ਕ੍ਰਿਸ਼ਨ। ਭਗਵਾਨ ਦਾ ਭਜਨ ਕਰਨਾ ਹੀ ਅੱਛੀ ਬਾਤ ਹੈ, ਕਿਉਂਕਿ ਭਗਵਾਨ ਕਾ ਧਾਮ ਜੋ ਹੈ ਉਸਮੇਂ ਗਿਆ ਹੁਆ ਪ੍ਰਾਣੀ ਫਿਰ ਦੁੱਖ ਨਹੀਂ ਪਾਉਂਦਾ, ਲਖਤਰਾਸੀ ਜੂਨ 'ਚ ਨਹੀਂ ਆਉਂਦਾ। ਆ ਬ੍ਰਹਮ ਬਹੁ ਲੋਕਾ ਪੁਨਰਾਵਰਤਨ ਅਰਜਨ ਮਾਮ ਪੇਤੇ ਤੂੰ ਕੌਣ ਤਿਆ ਪੁਨਰ ਜਨਮ ਨਾ ਵਿਦਿਅਤੇ। ਇਸ ਵਾਸਤੇ ਨਾਮ ਪ੍ਰਭੂ ਦਾ ਜਪਣੇ ਕਾ ਹੀ ਕਲਿਆਣ ਹੋਗਾ, ਨਹੀਂ ਤੇ ਹੋ ਸਕਦਾ ਨਹੀਂ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨਾਂ ਹਰੀ ਭਜਨ ਨਹੀਂ ਛੁਟਕਾਰਾ। ਬਿਨਾਂ ਭਗਵਾਨ ਦੇ ਨਾਮ ਤੇ ਬਗੈਰ ਛੁਟਕਾਰਾ ਹੋਣੇ ਵਾਲਾ ਨਹੀਂ। ਤੇ ਸਭ ਤੇ ਸ੍ਰੇਸ਼ਟ, ਸਭ ਤੇ ਉੱਚਾ ਉਹ ਪਰਮਾਤਮਾ ਹੈ, ਉਹਦੇ ਥੱਲੇ ਹੀ ਹੈ ਸਾਰੇ, ਜਿੰਨੇ ਵੀ ਹੈ ਜੋ ਕੁਛ ਵੀ ਹੈ ਉਹਦੇ ਹੁਕਮ ਦੇ ਅਨੁਸਾਰ ਹੈ।
ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੇ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੇ ਉੱਤਮ ਨੀਚ, ਹੁਕਮੇ ਲਿਖ ਦੁੱਖ ਸੁੱਖ ਪਾਈਏ, ਕਨੌਖੇ ਬਖਸ਼ੀਸ਼, ਇੱਕ ਹੁਕਮੇ ਸਦਾ ਬਵਾਈਏ, ਹੁਕਮੇ ਅੰਦਰ ਸਭ ਕੋਈ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹੁਮੇ ਕਹਿ ਨਾ ਕੋਈ। ਜੋ ਵੀ ਹੈ ਉਹਦੇ ਹੁਕਮ ਨਾਲ, ਹਵਾ ਉਹਦੇ ਹੁਕਮ ਨਾਲ ਚੱਲਦੀ, ਸੂਰਜ ਉਹਦੇ ਹੁਕਮ ਨਾਲ ਚੱਲਦਾ, ਚੰਦਰਮਾ ਉਹਦੇ ਹੁਕਮ ਨਾਲ ਚੜ੍ਹਦਾ ਹੈ, ਔਰ ਇਹ ਧਰਤੀ ਵੀ ਉਹਦੇ ਹੁਕਮ ਦੇ ਅੰਦਰ ਹੀ ਹੈ, ਇਹ ਸਾਰੇ ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਸਾਰੇ ਬੋਲੋ ਹਰੇ ਕ੍ਰਿਸ਼ਨ। ਤੋ ਸਾਨੂੰ ਸਭਨਾਂ ਨੂੰ ਹੀ ਭਗਵਾਨ ਦਾ ਹੀ ਭਜਨ ਕਰਨਾ ਚਾਹੀਦਾ। ਕ੍ਰਿਸ਼ਨ ਦੇਵ ਜੀ ਇੱਥੇ ਨੂੰ ਆ ਜਾਓ, ਇੱਥੇ ਬੈਠੇ ਹੋਏ, ਬੋਲੋ ਹਰੇ ਕ੍ਰਿਸ਼ਨ, ਫਿਰ ਬੋਲੋ ਮਾੜਾ ਮੋਟਾ ਬੋਲ ਲਓ, ਔਖੇ ਸੌਖੇ ਹੈ ਤਾਂ ਕੰਮ ਬੜਾ ਖਰਾਬ ਹੈ। ਹੋਰ ਅਸੀਂ ਬਥੇਰਾ ਗੱਲਾਂ ਮਤਾਂ ਕਰ ਲੈਂਦੇ, ਰੱਬ ਦੇ ਨਾਮ ਨੂੰ ਪੈਂਦਾ ਨਹੀਂ, ਕਿਆ ਹੋ ਜਾਂਦਾ ਸਾਨੂੰ। ਬੋਲੋ ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਵ੍ਰਿੰਦਾਵਨ ਮੇ ਬੰਕ ਬਿਹਾਰੀ, ਵ੍ਰਿੰਦਾਵਨ ਮੇ ਬੰਕ ਬਿਹਾਰੀ, ਲਗਦਾ ਨਿਮਾ ਬੰਸਰੀ ਵਾਲਾ, ਪਿਆਰਾ ਲਗਦਾ ਨਿਮਾ ਬੰਸਰੀ ਵਾਲਾ, ਬੜਾ ਹੀ ਪਿਆਰਾ ਲਗਦਾ ਨਿਮਾ ਕੁੰਡਲਾ ਵਾਲਾ, ਬੜਾ ਹੀ ਪਿਆਰਾ ਲਗਦਾ ਨਿਮਾ ਕੁੰਡਲਾ ਵਾਲਾ। ਨਾਮਦਾਨ ਵਾਲੀ ਸੰਗਤ ਹੈ, ਹੈ ਕੋਈ ਆਇਆ ਹੋਇਆ ਸਤਸੰਗ ਜੀਓ।